ਸੋ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਜੋ ਜੋ ਸਮਾਂ ਉਸ ਮੌਕੇ ਤੇ ਸੀ, ਜਿਵੇਂ ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਨੂੰ ਅਨੁਭਵ ਕੀਤਾ, ਦੁਬਾਰਾ ਉਹ ਕਾਲੀਆਂ ਕਰਤੂਤਾਂ ਤੇ ਭੈੜਾ ਸਮਾਂ ਸੱਚੇ ਪਾਤਸ਼ਾਹ ਸਾਡੇ ਤੇ ਨਾ ਲਿਆਉਣ। ਉਸ ਕੁਚਾਲੀ ਕੁਰੀਤੀ ਵੱਧ ਫੈਲੀਆਂ ਨੂੰ ਰੋਕਣ ਵਾਸਤੇ ਹਜ਼ੂਰ ਦਾ ਪਵਿੱਤਰ ਅਵਤਾਰ ਹੋਇਆ ਹੈ। ਉਹਨਾਂ ਵਿੱਚੋਂ ਜੇ ਕੋਈ ਕੁਰੀਤੀ ਸਾਡੇ ਵਿੱਚ ਆ ਗਈ ਹੈ ਤਾਂ ਅੱਜ ਅਸੀਂ ਦਸਵੇਂ ਪਾਤਸ਼ਾਹੀਆਂ ਦੀ ਆਤਮਿਕ ਜ਼ੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੜ੍ਹਨ ਕਰਕੇ ਉਹਨਾਂ ਦਾ ਤਿਆਗ ਕਰ ਜਾਣਾ ਹੈ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਐਸਾ ਪਵਿੱਤਰ ਹੱਟ ਹੈ ਜਿੱਥੇ ਆਮ ਹੱਟਾਂ ਨਾਲੋਂ ਬੜੀ ਵਿਲੱਖਣ ਗੱਲ ਹੈ। ਬਾਹਰਲੀਆਂ ਹੱਟਾਂ 'ਤੇ ਅਸੀਂ ਸੌਦਾ ਲੈਣ ਵਾਸਤੇ ਜਾਈਏ ਤਾਂ ਮੁਕਾਬਲੇ ਦੀ ਚੀਜ਼ ਦੇ ਕੇ ਮੁਕਾਬਲੇ ਦੀ ਚੀਜ਼ ਮਿਲਦੀ ਹੈ, ਜੇ ਪੈਸੇ ਦੇਈਏ ਤਾਂ ਉਸ 'ਤੇ ਵੱਟੇ ਬਰਾਬਰ ਦੀ ਚੀਜ਼, ਕੱਪੜਾ, ਖੰਡ, ਹੋਰ ਹਰੇਕ ਚੀਜ਼ਾਂ ਮਿਲਦੀਆਂ ਹਨ। ਬਲਕਿ ਕਈ ਵਾਰੀ ਕਿਹਾ ਜਾਂਦਾ ਹੈ ਕਿ ਅਸੀਂ ਪੈਸੇ ਤਾਂ ਖਰੇ ਦਿੱਤੇ ਸੀ ਪਰ ਚੀਜ਼ ਇੱਥੇ ਮਿਲਾਵਟ ਵਾਲੀ ਮਿਲੀ ਹੈ, ਚੰਗੀ ਚੀਜ਼ ਨਹੀਂ ਮਿਲੀ, ਖੋਟੀ ਚੀਜ਼ ਮਿਲੀ ਹੈ, ਘੱਟ ਮਿਲੀ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਐਸਾ ਦਰ ਹੈ, ਉਲਟਾ ਦੁਨੀਆ ਨਾਲੋਂ ਸਤਿਗੁਰੂ ਜੀ ਕਹਿੰਦੇ ਨੇ ਜਿੰਨੀਆਂ ਖੋਟੀਆਂ ਚੀਜ਼ਾਂ ਨੇ ਇਹ ਗੁਰੂ ਕੇ ਸਿੱਖ ਮਾਈ ਭਾਈ ਸਾਨੂੰ ਦੇ ਜਾ, ਅਸੀਂ ਉਹਨਾਂ ਦੇ ਵੱਟੇ ਤੈਨੂੰ ਸਾਰੀਆਂ ਹੀ ਖਰੀਆਂ ਚੀਜ਼ਾਂ ਦੇਵਾਂਗੇ, ਖਰੀਆਂ ਚੀਜ਼ਾਂ। ਹਜ਼ੂਰ ਕਹਿੰਦੇ ਨੇ ਇਹ ਗੁਰਸਿੱਖ ਝੂਠ ਬੜਾ ਪਾਪ ਹੈ, ਝੂਠ ਬੋਲਣਾ ਅਤਿਅੰਤ ਮਨਾ ਹੈ, ਜੇ ਤੂੰ ਝੂਠ ਸਾਡੇ ਚਰਨਾਂ ਵਿੱਚ ਇੱਥੇ ਛੱਡ ਜਾਵੇਂਗਾ ਤਾਂ ਅਸੀਂ ਤੈਨੂੰ ਅਮੋਲ ਕੇ ਇੱਥੋਂ ਸੱਚ ਦੇ ਦੇਵਾਂਗੇ, ਜੇ ਤੂੰ ਇੱਥੇ ਕ੍ਰੋਧ ਛੱਡ ਜਾਵੇਂ ਤਾਂ ਤੈਨੂੰ ਅਸੀਂ ਸ਼ਾਂਤੀ ਦੇ ਦੇਵਾਂਗੇ, ਜੇ ਇੱਥੇ ਲੋਭ ਸਾਡੇ ਚਰਨਾਂ ਵਿੱਚ ਤੂੰ ਹਾਜ਼ਰ ਕਰ ਜਾਵੇਂ ਦੇ ਜਾਵੇਂ ਤਾਂ ਅਸੀਂ ਤੈਨੂੰ ਸੰਤੋਖ ਦੇ ਦੇਵਾਂਗੇ, ਜੇ ਮੋਹ ਇੱਥੇ ਹਾਜ਼ਰ ਕਰ ਦੇਵੇਂ ਤਾਂ ਤੈਨੂੰ ਵਿਵੇਕ ਅਤੇ ਗਿਆਨ ਦੀ ਦਾਤ ਦੇਵਾਂਗੇ, ਜੇ ਕਾਮ ਦਾ ਫੁਰਨਾ ਇੱਥੇ ਆ ਕੇ ਛੱਡ ਜਾਵੇਂ ਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹ ਅਸੂਲ ਤੂੰ ਗ੍ਰਹਿਣ ਕਰਨਾ ਚਾਹੇ ਤਾਂ ਤੈਨੂੰ ਅਸੀਂ ਜਤ ਪਹਾਰਾ ਦੇ ਦੇਵਾਂਗੇ। ਸੋ ਇੱਥੇ ਜੇ ਛਲ ਕਪਟ ਧੋਖਾ ਫੇਬ ਛੱਡ ਜਾਵੇਂ ਤਾਂ ਸਰਲਤਾ, ਨਿਸ਼ਕਪਟਤਾ, ਸੂਧਾ ਸੁਭਾਅ, ਭਾਉ ਭਗਤੀ, ਇਹ ਚੀਜ਼ਾਂ ਤੈਨੂੰ ਮਿਲ ਜਾਣਗੀਆਂ। ਜੇ ਤੂੰ ਇੱਥੇ ਭੈੜੀ ਸ਼ਰਾਬ ਛੱਡ ਜਾਵੇਂ ਨਾ ਤਾਂ ਇੱਥੋਂ ਤੈਨੂੰ ਅਸੀਂ ਖੰਡੇ ਦਾ ਅੰਮ੍ਰਿਤ ਦੇ ਦੇਵਾਂਗੇ, ਜੇ ਗੰਦੇ ਗਾਣੇ ਭੈੜੀਆਂ ਕੁਰੀਤੀਆਂ ਤੂੰ ਛੱਡ ਦੇਵੇਂ ਤਾਂ ਇੱਥੇ ਤੈਨੂੰ ਸੱਚੀ ਬਾਣੀ ਅਸੀਂ ਦੇਵਾਂਗੇ, ਜੇ ਇੱਥੇ ਆ ਕੇ ਤੂੰ ਕੇਸਾਂ ਦੀ ਬੇਅਦਬੀ ਕਰਨੀ ਛੱਡ ਦੇਵੇਂ, ਦਾੜੇ ਦੀ ਬੇਅਦਬੀ ਕਰਨੀ ਛੱਡ ਦੇਵੇਂ ਤਾਂ ਅਸੀਂ ਤੈਨੂੰ ਸਿੱਖੀ ਸਰਦਾਰੀ ਬਖਸ਼ ਦੇਵਾਂਗੇ, ਲੋਕ ਤੈਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਕਰਨਗੇ, ਤੇਰਾ ਆਦਰ ਵੱਧ ਜਾਵੇਗਾ। ਇਹ ਐਸਾ ਹੱਟ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਖਾਲਸਾ ਜੀ, ਜਿਸ ਹੱਟ 'ਤੇ ਬਹਿ ਕੇ ਤੇਰਾ ਤੇਰਾ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਰੀਬਾਂ ਦੀਆਂ ਝੋਲੀਆਂ ਸਦਾ ਵਾਸਤੇ ਭਰ ਦਿੱਤੀਆਂ, ਇਹ ਹੱਟ ਸਦਾ ਵਾਸਤੇ ਖੁੱਲ੍ਹਾ ਹੈ। ਇਸ ਹੱਟ 'ਤੇ ਸਾਨੂੰ ਸਰਧਾ ਰੂਪੀ ਝੋਲੀ ਲੈ ਕੇ ਆਉਣਾ ਚਾਹੀਦਾ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਜ਼ਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਜਿਹੋ ਜਿਹੀ ਭਾਵਨਾ ਹੋਵੇਗੀ ਫਲ ਭਾਵਨਾ ਅਨੁਸਾਰ ਮਿਲਣਾ ਹੈ।